ਹਾਂ ਤੇ ਉਹਦਾ ਮੁੰਡਾ ਹੁਣੇ ਪਿਸਤੌਲ ਚੱਕੀ ਫਿਰਦਾ ਸੀ ਤੇ ਕਿਸੇ ਦੇ ਨੂੰ ਮਾਰਨ ਗਿਆ ਸੀ ਤੇ ਉਹਨੂੰ ਮੁੰਡੇ ਨੂੰ ਲਿਆ ਕੇ ਪੇਸ਼ ਕਰੋ ਸਾਡੇ ਪਿਸਤੌਲ ਉਹ ਨਾ ਊ ਗਾਲੀ ਗਲੋਚ ਹੋਇਆ ਜੀ ਉਹ ਪਿਸਤੌਲ ਵਾਲਾ ਤਾਂ ਐਵੇਂ ਨਜਾਇਜ਼ ਹੀ ਲਿਖਾ ਦਿੱਤਾ ਗੱਲਾਂ ਨਾ ਮਾਰ ਮਾਰੀਆਂ ਨਹੀਂ ਆਪਾਂ ਤੜਕੇ ਪੇਸ਼ ਕਰਦੇ ਹਾਂ ਗੱਲ ਮੈਂ ਵੀ ਇਹੋ ਜਿਹੇ ਬੰਦਿਆਂ ਦੀ ਮਦਦ ਕਰਦਾ ਇਹ ਨਹੀਂ 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 ਜੀ ਉਹ ਗੱਲ ਨਹੀਂ ਨਹੀਂ ਨਾ ਕੀ ਹੈਗਾ ਤੂੰ ਦੁਬਾਰਾ ਮੇਰੇ ਨਾਲ ਗੱਲ ਕੀਤੀ ਉਹ ਤੇਰੀ ਮੈਂ ਵੇਖੀ ਛੱਡ ਲਾਉਂਦਾ ਤੇਰੀ ਵੀ ਇਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਜੋ ਕਾਂਗਰਸੀ ਹਲਕਾ ਯੂਥ ਦੇ ਪ੍ਰਧਾਨ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਹਲਕਾ ਪ੍ਰਧਾਨ ਵੱਲੋਂ ਪੁਲਿਸ ਥਾਣੇ ਦੇ SHO ਨਾਲ ਗੱਲਬਾਤ ਕੀਤੀ ਜਾ ਰਹੀ ਹੈ ਆਓ ਪਹਿਲਾਂ ਤੁਸੀਂ ਵੀ ਸੁਣੋ ਇਹ ਸਾਰੀ ਆਡੀਓ ਹੈਲੋ ਸਤਿ ਸ਼੍ਰੀ ਅਕਾਲ SHO ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਿਹਤ ਠੀਕ ਹੈ ਜੀ ਵਧੀਆ ਵਧੀਆ ਮੰਡੀ ਬੋਲਦਾ ਜੀ ਹਲਕਾ ਪ੍ਰਧਾਨ ਯੂਥ ਕਾਂਗਰਸ ਜੀ ਬਾਈ ਰਾਹੁਲ ਦੇ ਦਫ਼ਤਰੋਂ ਬਾਈ ਰਾਹੁਲ ਦੇ ਦਫ਼ਤਰੋਂ ਹੀ ਹਲਕਾ ਪ੍ਰਧਾਨ ਯੂਥ ਕਾਂਗਰਸ ਜੀ ਮਨਦੀਪ ਬੋਲਦਾ ਜੀ ਮਨਦੀਪ ਕਿਹੜਾ ਪਿੰਡ ਹੈ ਤੇਰਾ ਸੈਸੜੀ ਜੀ ਉਹ ਤੇ ਤੁਹਾਨੂੰ ਮਿਲ ਕੇ ਗਿਆ ਸੀ ਜਿੱਦੇ ਜੁਆਇਨਿੰਗ ਕੀਤੀ ਸੀ ਤੁਸੀਂ ਅੱਛਾ ਅੱਛਾ ਹਾਂ ਸੈਸੜੀ ਵਾਲਾ ਪ੍ਰਧਾਨ ਹਾਂਜੀ 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 ਆ ਜਾ ਫਿਰ ਤੇ ਉਹ ਹੀ ਤੁਸੀਂ ਹਰਬੰਸ ਲਾਲ ਕੇ ਘਰੇ ਜਾ ਕੇ ਆਏ ਸੀ ਜੀ ਹਰਬੰਸ ਲਾਲ ਕਿਹੜਾ ਹੈਗਾ ਉਹ ਨਾਇਬ ਕੋਰਟ ਚ ਲੱਗਾ ਮੈਨੂੰ ਜੈਤੋਂ ਹਾਂ ਤੇ ਉਹਦਾ ਮੁੰਡਾ ਹੁਣੇ ਪਿਸਤੌਲ ਚੱਕੀ ਫਿਰਦਾ ਸੀ ਤੇ ਕਿਸੇ ਦੇ ਨੂੰ ਮਾਰਨ ਗਿਆ ਸੀ ਤੇ ਉਹਨੂੰ ਮੁੰਡੇ ਨੂੰ ਲਿਆ ਕੇ ਪੇਸ਼ ਕਰੋ ਸਾਡੇ ਪਿਸਤੌਲ ਉਹੀ ਹੈ ਜੀ ਉਹ ਨਾ ਊ ਗਾਲੀ ਗਲੋਚ ਹੋਇਆ ਜੀ ਉਹ ਪਿਸਤੌਲ ਵਾਲਾ ਤਾਂ ਐਵੇਂ ਨਜਾਇਜ਼ ਹੀ ਲਿਖਾ ਦਿੱਤਾ ਗੱਲਾਂ ਨਾ ਮਾਰ ਮਾਰੀਆਂ ਨਹੀਂ ਪਿਸਤੌਲ ਵਾਲਾ ਸੱਚੀ ਨਜਾਇਜ਼ ਲਿਖਾ ਦਿੱਤਾ ਮੁੰਡੇ ਨੂੰ ਲਿਆ ਕੇ ਪੇਸ਼ ਕਰੋ ਤੇ ਨਾਲੇ ਪਿਸਤੌਲ ਲਿਆਓ ਉਹਦਾ ਕਿੱਥੇ ਹੈਗਾ ਜੱਡੇ ਗਾਲੀ ਗਲੋਚ ਦੇ ਨਾਲ ਹੋਰ ਤਾਂ ਨਹੀਂ ਆਪਾਂ ਤੜਕੇ ਪੇਸ਼ ਕਰਦੇ ਹਾਂ ਗੱਲ ਮੈਂ ਵੀ ਇਹੋ ਜਿਹੇ ਬੰਦਿਆਂ ਦੀ ਮਦਦ ਕਰਦਾ ਇਹ ਨਹੀਂ 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 ਜੀ ਉਹ ਗੱਲ ਨਹੀਂ 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 ਨਾ ਕੀ ਹੈਗਾ ਉਹਨਾਂ ਦਾ ਆਪਾਂ ਲਿਆ ਕੇ ਪੇਸ਼ ਕਰੋ ਮੁੰਡਾ ਕਿੱਥੇ ਹੈਗਾ ਕਰਦੇ ਕਰਦੇ ਆਂ ਹੀ ਕਰਦੇ ਆਂ ਤੂੰ ਦੁਬਾਰਾ ਮੇਰੇ ਨਾਲ ਗੱਲ ਕੀਤੀ ਤੇਰੀ ਮੈਂ ਵੇਖੀ ਛੱਡ ਲਾਉਂਦਾ ਤੇਰੀ ਵੀ ਮੁੰਡੇ ਨੂੰ ਲਿਆ ਕੇ ਪੇਸ਼ ਕਰ ਪਿੰਡ ਸਾਰੇ ਪਿਸਤੌਲ ਕਰਦੇ ਆਂ ਹੀ ਕਰਦੇ ਆਂ ਹੈਲੋ ਹਾਂਜੀ ਰੋਮਾਣਾ ਜੀ ਇਹ ਕੀ ਹੈ ਮਾਮਲਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਸਰ ਇੱਕ ਕੋਟਕਪੂਰਾ ਦੀ ਜਿਹੜੀ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਸਦੇ ਵਿੱਚ ਇੱਕ ਜਿਹੜਾ ਨੌਜਵਾਨ ਹੈ ਉਹ ਆਪਦੇ ਆਪ ਨੂੰ ਯੂਥ ਕਾਂਗਰਸ ਦਾ ਹਲਕਾ ਪ੍ਰਧਾਨ ਜਿਹੜਾ ਦੱਸ ਰਿਹਾ ਉਹ ਕੋਟਕਪੂਰਾ ਦੇ SHO ਜਿਹੜੇ ਸਿਟੀ ਆ ਉਹਨਾਂ ਨਾਲ ਗੱਲਬਾਤ ਕਰ ਰਿਹਾ ਕਿਸੇ ਮਾਮਲੇ ਨੂੰ ਲੈ ਕੇ ਉਹ ਜਦੋਂ ਦੱਸਦਾ ਵੀ ਕਿ ਇਹ ਮਾਮਲੇ ਦੇ ਵਿੱਚ ਨਜਾਇਜ਼ ਕੋਈ ਜਦੋਂ SHO ਦਾ ਕਹਿਣਾ ਇਹ ਸੀਗਾ ਵੀ ਕਿ ਜਿਹੜਾ ਉਹ ਆਦਮੀ ਹੈ ਉਸਦਾ ਜਿਹੜਾ ਲੜਕਾ ਹੈ ਕੋਈ ਵੈਪਨ ਵਗੈਰਾ ਲੈ ਕੇ ਘੁੰਮ ਰਿਹਾ ਕਿਸੇ ਨੂੰ ਮਾਰਨ ਲਈ ਪਰ ਉਹ ਕਹਿੰਦਾ ਨਹੀਂ ਜੀ ਨਜਾਇਜ਼ ਬਣਾਇਆ ਜਾਂਦਾ ਉੱਥੋਂ ਥੋੜਾ ਜਿਹੜਾ SHO ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਤੁਸੀਂ ਉਹ ਕਿਉਂਕਿ ਨਾ ਉਹ ਜਿਹੜਾ ਵਿਅਕਤੀ ਹੈ ਉਸ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਮੈਂ ਜਿਹੜਾ ਰਾਹੁਲ ਦੇ ਦਫ਼ਤਰੋਂ ਬੋਲਦਾ ਇਹ ਭਾਈ ਰਾਹੁਲ ਉਹੀ ਹੈ ਜਿਹੜਾ ਕੋਟਕਪੂਰੇ ਤੋਂ ਹਲਕੇ ਇੰਚਾਰਜ ਦੇ ਤੌਰ ਤੇ ਜਿਹੜਾ ਸੇਵਾ ਕਰ ਰਿਹਾ ਹੈ ਕਾਂਗਰਸ ਦੇ ਉਹਨਾਂ ਦੇ ਨਾਲ ਕਹਿ ਰਿਹਾ ਕਿ ਉਹਨਾਂ ਦੇ ਦਫ਼ਤਰ ਤੋਂ ਅਸੀਂ ਗੱਲ ਕਰ ਰਹੇ ਤੇ ਜਿਹੜੀ ਇਹੀ ਇਸ ਨੂੰ ਲੈ ਕੇ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਤੇ SHO ਦਾ ਜਿਹੜਾ ਸਿੱਧੇ ਤੌਰ ਤੇ ਜਿਹੜੀ ਗੱਲਬਾਤ ਤੁਸੀਂ ਵੀ ਸੁਣੀ ਹੈ ਥੋੜਾ ਜਿਹਾ ਜਿਹੜਾ ਉਹਨਾਂ ਵੱਲੋਂ ਉਹੀ ਪੁਲਿਸ ਦੇ ਪੱਖ ਦੇ ਵਿੱਚ ਉਹਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਦਾ ਅੱਗੋਂ ਇਹ ਜੀ ਜੀ ਕਹਿ ਰਿਹਾ ਪਰ ਉਹ ਜਿਹੜਾ ਪੁਲਿਸ ਦੀ ਜਿਹੜੀ ਭਾਸ਼ਾ ਥੋੜੀ ਜਿਹੀ ਇਸ ਦੇ ਵਿੱਚ ਜਿਹੜੀ ਆਮ ਤੌਰ ਤੇ ਸੁਣਿਆ ਜਾਂਦਾ ਵੀ ਪੁਲਿਸ ਜਿਵੇਂ ਬੋਲਦੀ ਹੈ ਉਸੇ ਤੌਰ ਤੇ ਜਿਹੜਾ ਉਹਨਾਂ ਵੱਲੋਂ ਬੋਲਿਆ ਜਾਂਦਾ ਰਿਹਾ ਇਸ ਨੂੰ ਲੈ ਕੇ ਕਾਫੀ ਜਿਹੜਾ ਲੋਕਾਂ ਦੇ ਵਿੱਚ ਵੀ ਚਰਚਾ ਚੱਲ ਰਹੀ ਹੈ ਜੀ ਤੇ ਇਹਨੂੰ ਲੈ ਕੇ ਕੋਈ ਕਾਰਵਾਈ ਕਰਵਾਉਣ ਦੇ ਲਈ ਉਹ ਅੱਗੇ ਆ ਰਹੇ ਨੇ ਜਿਨ੍ਹਾਂ ਦੀ ਆਡੀਓ ਵਾਇਰਲ ਹੋ ਰਹੀ ਹੈ ਨਹੀਂ ਸਰ ਹਜੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੀ ਥੋੜਾ ਦੇਰ ਪਹਿਲਾਂ ਜਿਹੜੀ ਹੈਗੀ ਹੈ ਭਾਈ ਰਾਹੁਲ ਜੀ ਨਾਲ ਵੀ ਗੱਲ ਹੋਈ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਆਪਦੇ ਫਾਦਰ ਉਹਨਾਂ ਦਾ ਅਡਮਿਟ ਹੈ ਉੱਧਰ ਹੈ ਉਹਨਾਂ ਦੇ ਹਜੇ ਨੌਲੇਜ ਦੇ ਵਿੱਚ ਮਾਮਲਾ ਨਹੀਂ ਆਇਆ ਤੇ ਨਾ ਹੀ ਹਜੇ ਅਜਿਹੀ ਕੋਈ ਗੱਲ ਸਾਹਮਣੇ ਇਹ ਵੀ ਕੋਈ ਕਾਰਵਾਈ ਦੀ ਜਾਂ ਕੋਈ ਇਸ ਤੇ ਜਾਂ ਕੋਈ ਗੱਲਬਾਤ ਅੱਗੇ ਜਾਂ SSP ਨੂੰ ਜਾਂ ਹੋਰ ਕਿਸੇ ਤੱਕ ਉਹਨਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਜਾਂ ਨਹੀਂ ਜੀ ਰੋਮਾਣਾ ਜੀ ਤੇ ਹੋਰ ਕੀ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਰ ਮੈਂ ਵੀ ਕੋਸ਼ਿਸ਼ ਕੀਤੀ ਹੈ ਦੋ ਵਾਰ SHO ਸਿਟੀ ਕੋਟਕਪੂਰਾ ਨਾਲ ਫੋਨ ਲਾਇਆ ਉਹਨਾਂ ਨੂੰ ਪਰ ਉਹਨਾਂ ਨੇ ਮੇਰਾ ਫੋਨ ਵੀ ਅਟੈਂਡ ਨਹੀਂ ਕੀਤਾ ਗਾ ਤੇ ਦੋ ਵਾਰ ਕੋਸ਼ਿਸ਼ ਕੀਤੀ ਹੈ ਮੈਂ ਵੀ ਆਪਦੇ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਤੋਂ ਜਾਣਨ ਦੀ ਕਿਉਂਕਿ ਜਿਹੜੀ ਆਡੀਓ ਜਿਹੜੀ ਲਗਾਤਾਰ ਕਾਫੀ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਗੱਲਬਾਤ ਕਰਨੀ ਚਾਹੀਦੀ ਸੀ ਪਰ ਉਹਨਾਂ ਨੇ ਮੇਰਾ ਫੋਨ ਜਿਹੜਾ ਅਟੈਂਡ ਨਹੀਂ ਕੀਤਾ ਜੀ ਸ਼ੁਕਰੀਆ ਰਮਾਣਾ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਕਾਂਗਰਸੀ ਹਲਕਾ ਪ੍ਰਧਾਨ ਵੱਲੋਂ ਕਿਸੇ ਨੌਜਵਾਨ ਤੇ ਪਿਸਤੌਲ ਚੱਕ ਕੇ ਕਿਸੇ ਉੱਤੇ ਹਮਲਾ ਕਰਨ ਦੀ ਨੀਅਤ ਦੇ ਨਾਲ ਹਮਲਾ ਕਰਨ ਬਾਰੇ ਮਾਮਲਾ ਦਰਜ ਕੀਤਾ ਗਿਆ ਪਰ ਜਦੋਂ ਪ੍ਰਧਾਨ ਵੱਲੋਂ ਪੁਲਿਸ ਮੁਲਾਜ਼ਮ ਨੂੰ ਕੇਸ ਨੂੰ ਨਜਾਇਜ਼ ਕਿਹਾ ਜਾਂਦਾ ਹੈ ਜਿਸ ਤੋਂ ਬਾਅਦ SHO ਨੇ ਕਾਂਗਰਸੀ ਪ੍ਰਧਾਨ ਦੀ ਚੰਗੀ ਤਰ੍ਹਾਂ ਨਾਲ ਤਸੱਲੀ ਕਰਵਾਈ ਹੈ ਹਲਕਾ ਪ੍ਰਧਾਨ ਦੀ ਚੰਗੀ ਤਰ੍ਹਾਂ ਲਾਭਬੰਨ ਕੀਤੀ ਗਈ ਹੈ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ SHO ਦੀ ਹਰ ਪਾਸੇ ਪ੍ਰਸ਼ੰਸਾ ਵੀ ਹੋ ਰਹੀ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ
5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ।